ਕਹਿਣਾ ਸਾਇਆ ਕਾਨੂੰਨ ਦੀਆਂ ਜ਼ੰਜੀਰਾਂ ਤੋੜ ਕੇ ਬਾਬੇ ਸਭ ਜਾਣਦੇ ਨੇ ਬਾਬਾ ਜੀ ਤੁਸੀਂ ਸਭ ਜਾਣਦੇ ਹੋ ਆਪਣੇ ਪਿਓ ਨੂੰ ਲੱਭ ਰਿਹਾ ਉਹਨੇ ਤੇਰੇ ਨਾਲ ਜ਼ਿਆਦਤੀਆਂ ਕੀਤੀਆਂ ਨੇ ਜੇਲ੍ਹ ਤੈਨੂੰ ਮਿਲਣ ਨਹੀਂ ਲਈ ਆਇਆ ਬਾਬਾ ਜੀ ਤੁਹਾਨੂੰ ਪਤਾ ਇੱਕ ਸੈਕਿੰਡ ਬਾਅਦ ਇੱਥੇ ਕੀ ਹੋਣਾ ਕੀ ਹੋਣਾ ਤੁਹਾਨੂੰ ਮਾਰ ਪੈਣੀ ਹੈ ਬਾਬਾ ਜੀ ਪੁੱਤਰ ਵੀਡੀਓ ਪੁੱਤਰ ਵੀਡੀਓ ਐਡੀ ਦੂਰ ਵੀ ਨਹੀਂ ਜਾਣੀ ਹੈਲੋ ਬੇਟਾ ਹੈਲੋ ਬੇਟਾ ਬੇਟਾ ਓਏ ਚੁੱਪ ਬੇਟਾ ਸਿਰ ਬਾਬਾ ਨਹੀਂ ਹਾਂ ਚੜਾਵਾ ਉਧਰ ਵੀ ਚੜਾ ਓਏ ਬਾਬਾ ਓਏ ਵਾਜੇ ਬਾਬਾ ਸਾਤਾ ਹੀ ਬੈਠਾ ਸੀ ਓਏ ਇਨਸਾਨ ਬਣ ਬਾਬਾ ਜੋ ਆਂਦਾ ਹੋ ਜਾਂਦਾ ਹੈ ਬਾਬਾ ਜੋ ਕਹਿੰਦਾ ਹੋ ਜਾਂਦਾ ਹੈ ਓਏ ਆਪਣਾ ਹੋ ਜਾਂਦਾ ਤੇਰਾ ਪੈਪ ਗਾਇਬ ਹੋ ਜਾਏ ਇਹ ਤਾਂ ਨਹੀਂ ਹੋਇਆ ਪਾਪਾ ਬਣਿਆ ਫਿਰਨਾ ਤੂੰ ਹੱਥ ਨਾਲ ਚੁੱਪ ਕਰ ਦੇ ਤੂੰ ਬਾਬਾ ਹੈ ਹੋਰ ਕੀ ਮੈਂ ਬੇਲ ਬਾਬਾ ਪਾ ਇਹ ਤੇ ਵੇਖੋ ਮਰੀਦ ਮਰਨ ਵਾਲੇ ਹੋਏ ਨੇ ਤੇ ਬਾਬਾ ਪਾਟਣ ਨੂੰ ਆਇਆ ਪਿਆ ਆਪਣਾ ਪੁੱਤਰ ਨਜ਼ਰ ਨਿਆਜ਼ ਲੈਣੀ ਸਾਦਾ ਹੀ ਕਿਹੜੀ ਨਜ਼ਰ ਨਿਆਜ਼ ਚੁੱਪ ਬਜ਼ੁਰਗਾਂ ਦੇ ਹੱਥ ਚੁੱਕ ਰਿਹਾ ਤੂੰ ਓਏ ਤੂੰ ਐਡਾ ਬਜ਼ੁਰਗ ਤੂੰ ਕਿੱਡਾ ਬਜ਼ੁਰਗ ਹੈ ਉਧਰ ਵੇਖ ਕੁਛ ਨਜ਼ਰ ਆਇਆ ਹੀ ਨਹੀਂ ਇੱਧਰ ਵੇਖ ਕੁਛ ਨਜ਼ਰ ਆਇਆ ਨਹੀਂ ਨਹੀਂ ਜਦੋਂ ਮੈਨੂੰ ਨਹੀਂ ਆਇਆ ਤੈਨੂੰ ਕੀ ਆਉਣਾ ਬਾਬਾ ਜੋ ਕਹਿੰਦਾ ਹੋ ਜਾਂਦਾ ਓਏ ਤੁਹਾਨੂੰ ਮੈਂ ਦੱਸ ਦਿਆਂ ਤੁਹਾਨੂੰ ਮੇਰੇ ਗੁੱਸੇ ਦਾ ਨਹੀਂ ਪਤਾ ਲੰਗਰ ਕਰ ਲਿਆ ਕਰ ਲਿਆ ਜੀ ਮਰੀਦ ਭੁੱਖੇ ਬੈਠੇ ਬਾਬਾ ਰਜਿਆ ਫਿਰ ਏਡਾ ਕਰਤਬ ਕਰ ਸਕਦਾ ਕੋਈ ਬਾਬਾ ਹੈ ਤੂੰ ਜੇ ਤੂੰ ਏਡਾ ਬਾਬਾ ਹੈ ਕੋਈ ਐਸਾ ਤਮੀਜ਼ ਦੇ ਕਿ ਸ਼ੇਖ ਰਸ਼ੀਦ ਆਪਣੇ ਬਿਆਨਬਾਜ਼ੀ ਤੋਂ ਬਾਅਦ ਆ ਜਾਏ ਜੇ ਤੂੰ ਬਾਬਾ ਹੈ ਕੋਈ ਐਸਾ ਤਮੀਜ਼ ਦੇ ਸਾਨੂੰ ਕਮ ਸੇ ਕਮ ਸਮਝ ਤੇ ਆਵੇ ਕਿ ਚੌਧਰੀ ਸ਼ਜਾਦ ਹੁਸੈਨ ਕਹਿਣ ਕੀ ਰਿਹਾ ਹੈ ਯਾਰ ਜੇ ਤੂੰ ਏਡੇ ਹੀ ਬਾਬਾ ਹੈ ਕੋਈ ਐਸਾ ਤਮੀਜ਼ ਦੇ ਸਾਡੇ ਸਾਰੇ ਸਿਆਸਤਦਾਨ ਜੰਗਲਾਂ ਵੱਲ ਨਿਕਲ ਜਾਣ ਤਾਂ ਕਿ ਸਾਡੇ ਮੁਲਕ 'ਚ ਸਕੂਨ ਤੇ ਹੋ ਜਾਏ ਨਾ ਭਾਈ ਯਾਰ ਇੰਨੀ ਤੇਰੀ ਖਾਹਿਸ਼ ਹੈ ਹਾਂ ਇਹ ਬਾਬਾ ਨਹੀਂ ਕਰ ਸਕਦਾ ਉਹਨੇ ਤੇ ਬਾਬੇ ਵੀ ਕੁੱਟ ਦਿੱਤੀ ਓਏ ਤੁਹਾਨੂੰ ਪਤਾ ਨਹੀਂ ਜਿਹੜਾ ਆਏਗਾ ਉਹੀ ਰਗੜਿਆ ਜਾਏਗਾ ਇਹਨੂੰ ਲੰਮਾ ਕਰ ਲੈ ਨਹੀਂ ਰਿਹਾ ਇੱਕ ਮਿੰਟ ਮੇਰਾ ਆਪਾ ਹੀ ਹੈ ਸਿਰਫ ਤੂੰ ਭੈਣ ਆਪਣੇ ਤੈਨੂੰ ਚੁੱਪ ਕਿਉਂ ਕਰਾਉਂਦਾ ਚੁੱਪ ਕਿਉਂ ਕਰਾਉਂਦਾ ਬਸ ਭਾਈ ਬਸ ਦਰਬਾਰ ਬੰਦ ਹੋ ਗਿਆ ਇੱਥੇ ਬਹਿ ਹੋਇਆ ਕੀ ਕੀ ਚੱਲ ਮੈਨੂੰ ਮੇਰਾ ਪਿਓ ਚਾਹੀਦਾ ਮੇਰਾ ਪਿਓ ਦੇ ਲੱਭ ਕੇ ਪਿਓ ਹਾਂ ਆ ਬੈਠੋ ਜਾ ਸਾਹਮਣੇ ਮੈਨੂੰ ਬਹੁਤ ਗੁੱਸਾ ਜਿਹੜਾ ਲਾਂਟੀ ਕਹਿੰਦਾ ਸੀ ਇਹਨੂੰ ਕੋੜੇ ਮਾਰੋ ਅੰਦਰ ਜਾ ਕੇ ਕੋੜਾ ਮੇਰੇ ਹੱਥ ਚ ਫੜਾ ਦਿੰਦਾ ਸੀ ਮੈਨੂੰ ਮੇਰਾ ਪਿਓ ਚਾਹੀਦਾ ਸਾਹਮਣੇ ਆ ਪੁੱਤਰ ਤੇਰਾ ਪਿਓ ਮੈਂ ਤੁਹਾਨੂੰ ਜਿੰਦਾ ਨਹੀਂ ਛੱਡਣਾ